ਨਗਰ ਵਾਸੀਆਂ ਨੂੰ ਮੈਂ ਦੱਸਣਾ ਚਾਹੁੰਦਾ, ਠੀਕ ਹੈ, ਤੁਹਾਨੂੰ ਪਤਾ ਕਿ ਪੰਚਾਇਤੀ ਦੀਆਂ ਇਲੈਕਸ਼ਨ ਆ ਰਹੀਆਂ ਨੇ ਮੂਹਰੇ, ਠੀਕ ਹੈ। ਆਪਾਂ ਸਰਵਸੰਮਤੀ ਕਰੀਏ, ਬਾਪੂ ਦੇਖੋ ਤੁਸੀਂ ਸਿਆਣਾ, ਹੈ ਨਾ, ਕੀ ਫਾਇਦਾ ਪੈਸੇ ਖਰਚਣ 'ਚ, ਉੱਧਰਲਾ ਸਰਪੰਚ ਵੀ ਕਰਦਾ, ਉੱਧਰਲਾ ਵੀ ਕਰਦਾ, ਠੀਕ ਹੈ। ਹੁਣ ਮੈਂ ਇਹ ਚਾਹੁੰਦਾ ਕਿ ਆਪਾਂ ਸਾਰੇ ਰਲ ਮਿਲ ਕੇ ਆਪਾਂ ਕਰਨੈਲ ਨੂੰ ਸਰਪੰਚ ਬਣਾਈਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਦੇ ਵੱਡੇ ਛੋਟੇ ਠੀਕ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਜਣੇ, ਪੈਰੀ ਹੱਥ ਕਬੂਲ ਕਰ ਲਓ ਜੀ, ਇਹਦੇ ਵੀ ਲਾ ਦੇ, ਇਹਦੇ ਵੀ ਲਾ, ਨਹੀਂ ਫਰਜ਼ ਹੈ, ਇਹਦੇ ਵੀ ਲਾ ਲੈ, ਠੀਕ ਹੈ। ਵੋਟ ਬਣੀ ਦੀ ਹੈ ਪੰਜਾਬ ਦੀ ਯੂਨੀਵਰਸਿਟੀ ਹੈ, ਉੱਧਰ ਬੰਦੇ ਰਹਿ ਗਏ ਯਾਰ। ਅੱਛਾ ਸਤਿ ਸ਼੍ਰੀ ਅਕਾਲ ਬਾਪੂ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੁਹਾਡੀ ਉਮਰ 500 ਸਾਲ ਹੋ ਗਈ, ਮਾੜੀ ਮੋਟੀ ਗੱਲ ਥੋੜੀ ਹੈ, ਖੜਜਾ ਤੂੰ ਖੜਜਾ ਬੋਲਣ, ਹਾਂ ਠੀਕ ਹੈ ਯਾਰ, ਬੋਲ ਭਾਸ਼ਣ ਦੇ। ਮੈਂ ਇਹ ਚਾਹੁੰਦਾ ਜੀ, ਦੇਖੋ ਵੀ ਸਾਰਾ ਪਿੰਡ ਰਾਜੀ ਹੈ ਵੀ ਆਪਾਂ ਕਰਨੈਲ ਨੂੰ ਸਰਪੰਚ ਬਣਾ ਲਈਏ ਰਲ ਮਿਲ ਕੇ। ਦੇਖੋ ਇਮਾਨਦਾਰ ਬੰਦਾ ਹੈ, ਠੀਕ ਹੈ, ਦਿਨ ਰਾਤ ਮਿਹਨਤ ਕਰਨ ਵਾਲਾ, ਬਸ ਇੱਕ ਪੜ੍ਹਿਆ ਲਿਖਿਆ ਨਹੀਂ ਹੈਗਾ, ਹੋਰ ਤਾਂ ਸਾਰੇ ਉਹ ਮੈਂ ਕੰਮ ਇਹਦੇ ਕਰ ਦੂੰਗਾ ਜਿਹੜੇ ਸਾਰੇ ਰਲੇ ਮਿਲੇ, ਠੀਕ ਹੈ। ਪੈਸੇ ਵੀ ਲਾਣ ਦੇ ਚਾਚਾ, ਕੁਛ ਨਹੀਂ ਹੁੰਦਾ, ਮੈਂ ਤੇ 6 ਲੱਖ ਰੁਪਇਆ ਮੈਂ ਆਪਦੇ ਵੱਲੋਂ ਦੇਊਂ ਜੇ ਸਾਰਾ ਪਿੰਡ ਸਰਵਸੰਮਤੀ ਦਾ ਸਰਪੰਚ ਬਣਾਉਂਦਾ। ਤੁਹਾਨੂੰ ਮਨਜ਼ੂਰ ਹੈ? ਹਾਂ ਲੈ, ਮੰਨ ਗਏ, ਸਾਡੇ ਵਾਲੇ ਵੀ ਮੰਨ ਗਏ। ਆਹ ਨਿੰਬੂ ਵੀ ਮੈਨੂੰ ਕਹਿੰਦਾ 2 ਲੱਖ ਰੁਪਇਆ ਲਾਊਗਾ, ਨਿੰਬੂ 2 ਲੱਖ ਲਾਏਗਾ, 7 ਲੱਖ ਹੋ ਗਿਆ। ਹਾਂ ਦੇ ਦੇ, ਅੱਛਾ ਮੈਂ ਮਾੜਾ ਜਿਹਾ ਭਾਸ਼ਣ ਦੇ ਲਿਆ, ਥੋੜ੍ਹਾ ਜਿਹਾ ਚਾਹੀਦਾ, ਮਾੜਾ ਜਿਹਾ ਜ਼ਰੂਰੀ ਹੈ। ਪਹਿਲਾਂ ਤਾਂ ਮੈਂ ਇਸ ਪਿੰਡ ਦਾ ਨਵਾਣਾ ਜਿਹਾ ਬੱਚਾ, ਕੱਲ ਦਾ ਜਵਾਕ ਹੈ, ਮੈਨੂੰ ਤੁਸੀਂ ਬਹੁਤ ਵੱਡੀ ਜਿਹੜੀ ਮੇਰੀ ਜ਼ਿੰਮੇਵਾਰੀ ਮੇਰੇ ਮੋਢਿਆਂ 'ਤੇ ਪਾਉਣ ਲੱਗੇ ਹੋ, ਮੈਂ ਇਸ ਜ਼ਿੰਮੇਵਾਰੀ ਨੂੰ ਆਪਣੇ ਤਨ ਮਨ ਧਨ ਨਾਲ ਅੱਗੇ ਪਹੁੰਚਾਊਂਗਾ, ਇਸ ਪਿੰਡ ਦੀਆਂ ਗਤੀਵਿਧੀਆਂ ਸਾਰੀਆਂ ਅੱਗੇ ਲੈ ਕੇ ਜਾਊਂਗਾ, MLA MP ਮੁੱਖ ਮੰਤਰੀ ਤੱਕ ਮੈਂ ਗੱਲਾਂ ਬਾਤਾਂ ਕਰੂੰਗਾ, ਸਾਰੇ ਪਿੰਡ ਦੇ ਵਿੱਚ ਮੈਂ ਨਾਲੀਆਂ ਪੱਕੀਆਂ ਕਰਾਊਂ, ਗਲੀਆਂ ਪੱਕੀਆਂ ਕਰਾਊਂ, ਸੀਵਰੇਜ ਮੈਂ ਪਵਾਊਂ, ਹੋਰ ਪੱਕੀਆਂ ਹੋਈਆਂ ਦੀਆਂ ਗਲੀਆਂ ਤੇ ਯਾਰ ਫੇਰ ਦੁਬਾਰਾ ਪੱਟ ਕੇ ਕਰ ਦਿਆਂਗੇ, ਦੁਬਾਰਾ ਪੱਟ ਕੇ ਕਰ ਦਿਆਂਗੇ, ਆਫਟਰ ਆਲ ਨਵੇਂ ਤਰੀਕੇ ਨਾਲ ਆਪਾਂ, ਪਤਾ ਕੀ ਵਾਲੀ ਗੱਲ, ਠੀਕ ਹੈ, ਸੀਵਰੇਜ ਤੇ ਬੜਾ ਜ਼ੋਰ, ਹਾਂ ਸੀਵਰੇਜ ਵੀ ਪਵਾਊਂ। ਦੂਜੀ ਗੱਲ, ਜਿਹੜੀ ਪਹਿਲਾਂ ਟਾਇਲ ਲੱਗੀ ਹੈ, ਟਾਇਲ ਪੱਟ ਕੇ ਉਹ ਲਾਵਾਂਗੇ, ਜਿਹੜੀ ਘਰੇ ਫਰਸ਼ ਲੱਗੀ ਹੁੰਦੀ ਹੈ ਸਾਰੇ ਪਿੰਡ 'ਚ ਫਰਸ਼ ਚੈਣ ਦੂੰ, ਆਫਟਰ ਆਲ ਕਿਸੇ ਪਾਸੇ ਮਿੱਟੀ ਨਾ ਪਵੇ, ਠੀਕ ਹੈ ਨਾ। ਇਸ ਕਰਕੇ ਬੁੜਿਆਂ ਵਾਸਤੇ, ਬਜ਼ੁਰਗਾਂ ਵਾਸਤੇ ਮੈਂ ਜਿਹੜੀ ਵਿਵਸਥਾ ਕਰਨ ਜਾ ਰਿਹਾ, ਗਰਮੀ ਦੇ ਵਿੱਚ ਬਜ਼ੁਰਗਾਂ ਨੂੰ ਠੰਡ ਗਰਮੀ ਲੱਗਦੀ ਹੈ, ਮੈਂ ਇਹਦੇ ਚਾਰੇ ਪਾਸੇ ਸੀਸਾ ਲਾ ਕੇ ਵਿੱਚ AC ਲਵਾ ਦੂੰ, ਬਜ਼ੁਰਗਾਂ ਨੂੰ ਠੰਡ ਨਾ ਲੱਗੇ, ਠੀਕ ਹੈ ਜੀ, ਹੈ ਸਿਆਲਾਂ ਦੇ ਵਿੱਚ ਮੈਂ ਹੀਟਰ ਦਾ ਪ੍ਰਬੰਧ ਕਰੂੰ, ਜਿਹੜੀ ਇੱਥੇ ਖਰਚਾ ਹੋਊਗਾ ਬਿਜਲੀ ਦਾ ਉਹ ਪਿੰਡ ਦੀ ਗ੍ਰਾਮ ਪੰਚਾਇਤ ਚੱਕੂਗੀ, ਆਪਾਂ ਆਪ ਚੱਕਾਂਗੇ, ਖੁਦ ਆਪ ਚੱਕਾਂਗੇ, ਬਾਕੀ ਹੋਰ ਵੀ ਸਾਰੇ ਕੰਮ ਪਿੰਡ ਦੇ, ਬਾਕੀ ਮੈਂ ਐਲਾਨ ਕਰਦਾ, ਐਲਾਨ ਨਹੀਂ ਮੈਂ ਵਾਅਦਾ ਕਰਦਾ, ਮੈਂ ਇਸ ਪਿੰਡ ਨੂੰ ਉਸ ਉਚਾਈ ਤੇ ਲੈ ਜੂ, ਸਾਰੇ ਪਿੰਡਾਂ ਦੇ ਉੱਤੋਂ ਦੀ ਉੱਤੋਂ ਉੱਤੋਂ ਦੀ ਉੱਤੇ ਸਾਰਾ ਪਿੰਡ ਆਪਣਾ ਕੋਟ ਦੇ ਨਾਲ ਉੱਤੇ ਹੋਊਗਾ, ਉੱਤੇ ਹੋਊਗਾ, ਹਾਂ ਜੀ। ਸਾਡੇ ਪਿੰਡ ਦੇ ਵਿੱਚ ਕੋਈ ਵੀ ਬੰਦਾ ਐਲਾਨ ਕਰਦਾ ਦਾਰੂ ਕੱਢਦਾ ਉਹਨੂੰ ਪੁਲਿਸ ਨਹੀਂ ਫੜੂਗੀ, ਠੀਕ ਹੈ, ਨਸ਼ਾ ਮੁਕਤ ਕਰ ਦੂੰਗਾ, ਨਸ਼ਾ ਮੁਕਤ ਕਰ ਦੂੰਗਾ, ਨਹੀਂ ਡੋਡੇ ਕੀ ਮਾਮ ਕਰੂੰ, ਹਾਂ। ਬਾਕੀ ਮੈਂ ਜਦੋਂ ਸਰਪੰਚ ਚੁਣ ਲਿਆ, ਜਿਹੜਾ ਪਿੰਡ 'ਚ ਮੇਰਾ ਸਾਰਕੜਾ ਚਿੱਟਾ ਵੇਚੂ ਉਹਨੂੰ ਲੱਤਾਂ ਵਾਹਾਂ ਭੰਨ ਦੂੰ, ਠੀਕ ਹੈ ਨਾ, ਸਹੀ ਗੱਲ ਹੈ, ਨਸ਼ਾ ਮੁਕਤ ਕਰਨਾ, ਇਹ ਬਹੁਤ ਸਹੀ ਗੱਲ ਹੈ, ਹਾਂ।
ਹਾਂ ਪਿੰਡ ਦੇ ਵਿੱਚ ਮੈਂ ਲਾਇਬ੍ਰੇਰੀ ਖੋਲੂੰਗਾ ਕਿਉਂਕਿ ਬੱਚਿਆਂ ਨੂੰ ਸਾਡੇ ਇਤਿਹਾਸ ਦਾ ਪਤਾ ਲੱਗੇ ਵੀ ਆਉਣ ਵਾਲੀਆਂ ਜਿਹੜੀਆਂ ਗਤੀਆਂ ਵਿਧੀਆਂ ਕੀ ਸੀ, ਸਾਡਾ ਮਹਾਰਾਜਾ ਰਣਜੀਤ ਕੌਣ ਸੀ, ਸਾਰੇ ਬੱਚੇ ਲਾਇਬ੍ਰੇਰੀਆਂ 'ਚ ਪੜ੍ਹਨਗੇ। ਹਾਂ ਇੱਧਰ ਮਾੜਾ ਇੱਧਰ ਵੀ ਸੰਬੋਧਿਤ ਕਰਦੇ ਪਿੱਛੇ, ਹਾਂ ਪੜ੍ਹਨਗੇ। ਅੱਛਾ ਮੈਂ ਜਿਹੜੇ ਬਜ਼ੁਰਗ ਇੱਥੇ ਬਹਿੰਦੇ ਆ ਉਹਨਾਂ ਨੂੰ 3 ਟਾਈਮ ਚਾਹ ਅਤੇ 2 ਟਾਈਮ ਰੋਟੀ ਮੁਫਤ ਕਰ ਦੇਣ ਦੇ ਲਓ। ਆਪਾਂ ਕਿਹੜਾ ਕਰਨਾ ਪੂਰਾ, 2 ਟਾਈਮ ਚਾਹ 3 ਟਾਈਮ ਰੋਟੀ। ਜਦੋਂ ਤਾਸ਼ ਇੱਕ ਤਾਸ਼ ਵਾਲਾ ਐਲਾਨ ਕਰਦੇ ਸੀ ਤਾਸ਼ ਘਰ ਜੇ ਗੁਰੂ ਨੇ ਮਿਲਿਆ। ਹਾਂ ਅੱਛਾ ਇੱਕ ਗੱਲ ਹੋਰ ਜਿਹੜੀ ਜ਼ਰੂਰੀ ਹੈ ਵੀ ਬਜ਼ੁਰਗਾਂ ਦੀ ਤਾਸ਼ ਕਸੀ ਨਾਲ ਦੀ ਨਾਲ ਨਵੀਂ ਤਾਸ਼ ਦੇਵਾਂ, ਕੰਬਲ ਵੀ ਦੇਵਾਂਗਾ ਠੰਡ 'ਚ ਕੰਬਲ ਦੇ। ਹਾਂ ਬੀਬੀਆਂ ਭੈਣਾਂ ਵਾਸਤੇ ਕਈ ਵਾਰੀ ਚੁਗਲੀਆਂ ਕਰਨੀਆਂ ਹੁੰਦੀਆਂ, ਪ੍ਰੋਪਰ ਤਰੀਕੇ ਨਾਲ ਚੁਗਲੀਆਂ ਨਹੀਂ ਕਰ ਪਾਉਂਦੀਆਂ, ਉਹਨਾਂ ਨੂੰ ਚੁਗਲੀ ਘਰ ਅਲੱਗ ਖੋਲ੍ਹ ਕੇ ਦਿੱਤਾ ਜਾਊ ਜਿੱਥੇ ਸਾਡੀਆਂ ਬੀਬੀਆਂ ਭੈਣਾਂ ਚੁਗਲੀਆਂ ਕਰਨਗੀਆਂ। ਸਹੀ ਹੈ ਜੀ ਗੱਲ, ਹੈ ਨਾ। ਹੁਣ ਆਪਾਂ ਫਿਰ ਕਰ ਦਈਏ ਜਿਹੜਾ ਹੈਗੀ ਆ। ਅੱਛਾ ਹੋਰ ਐਲਾਨ ਕਰ ਲੈਣ ਦੇ, ਸਵਾਦ ਆ ਰਿਹਾ ਐਲਾਨ ਦਾ। ਬਾਦਲ ਵਾਂਗੂ ਇਕੱਲੇ ਐਲਾਨ ਹੀ ਨਾ ਕਰੀ ਜਾਈ, ਲੈ ਸਾਡੇ ਤਾਂ ਇਹ ਗੱਲ ਸੁਣੀ ਪੂਰੇ ਕਰਾਂਗੇ। ਹੁਣ ਚਾਚਾ ਹੁਣ ਪਤਾ ਲੱਗਿਆ ਵੀ ਜਿਹੜੇ ਇਹ ਲੀਡਰ ਆ ਵੀ ਐਲਾਨ ਕਿਉਂ ਠੋਕਦੇ, ਸਵਾਦ ਹੀ ਬਾਹਲਾ ਹੁੰਦਾ। ਹੋਰ ਕੀ ਲਗਾ ਰਹੀ ਹੈ? ਅੱਛਾ ਜਿਹੜੀ ਆਪਣੇ ਪਿੰਡ ਦੇ ਨਾਲ ਨਹਿਰ ਜਾ ਰਹੀ ਹੈ, ਮੈਂ ਇਸ ਨਹਿਰ 'ਚ ਮੋਂਦਾ ਲਾ ਕੇ ਜਵਾਕਾਂ ਨੂੰ ਸਵਿਮਿੰਗ ਪੂਲ ਦਾ ਐਲਾਨ ਕਰ ਰਿਹਾ ਹੈ। ਹੋਰ ਐਲਾਨ ਕਰੋ ਜਿੰਨੇ ਠੋਕਦਾ ਠੋਕ। ਹਾਂ ਉਹ ਐਲਾਨ ਕਰਤਾ, ਬਾਕੀ ਛੱਪੜ ਦਾ ਪਾਣੀ ਦਾ ਹੱਲ ਜਿਹੜਾ ਸਭ ਤੋਂ ਪਿੰਡ ਦੇ ਵਿੱਚ ਆਪਣੇ ਮੁੱਦਾ ਛੱਪੜ ਦੇ ਪਾਣੀ ਦਾ, ਇਹ ਮੁੱਦੇ 'ਤੇ ਵੀ ਮੈਂ ਅਤੇ ਚਾਚਾ ਸਿਓ ਗੰਭੀਰਤਾ ਨਾਲ ਸੋਚ ਕੇ ਇਹ ਪਾਣੀ ਨੂੰ ਪੀਣ ਯੋਗ ਬਣਾਵਾਂਗੇ। ਪੀਣ ਯੋਗ ਨਹੀਂ ਬਣਾਉਂਦੇ ਇਹ ਪਾਣੀ ਨੂੰ, ਥੋੜ੍ਹਾ ਗਲਤ ਲਾਣ ਪਾਣੀ ਨੂੰ ਖੇਤਾਂ ਨੂੰ ਸਪਲਾਈ ਕਰਕੇ ਫਸਲਾਂ ਨੂੰ ਪੀਣ ਯੋਗ ਬਣਾਵਾਂਗੇ। ਫਸਲਾਂ ਨੂੰ ਕਹਿ ਰਿਹਾ ਸੀ, ਗਲਤ ਕਿਹਾ ਗਿਆ। ਘਰ ਘਰ ਦੇ ਵਿੱਚ ਬਿਸਲਰੀ ਪਾਣੀ ਦੀ ਬੋਤਲ ਦਿਆ ਕਰਾਂਗੇ ਡੱਬਾ ਡੱਬਾ, ਹੁੰਦੇ 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 ਜਾਣੀ ਅਸੀਂ ਫੁੱਲ। ਹੋਰ ਐਲਾਨ ਦੱਸ ਦੇ ਕੋਈ ਪਿੰਡ ਨੂੰ ਯਾਰ ਨਹਾਰ ਬਦਲ ਯਾਰ ਗੱਲ ਮੁੱਕੀ, 100 ਹੱਥ ਰੱਸਾ ਸਿਰੇ ਤੇ ਗੰਢ ਪਿੰਡ ਨੂੰ ਜੀ ਸਵਰਗ ਬਣਾ ਦੇਗੇ, ਮੈਂ ਕਹਿੰਦੀ ਸਰਪੰਚ ਬਣਾ ਦੇ। ਹੈ ਠੀਕ ਹੈ ਜੀ, ਕਿਸੇ ਨੂੰ ਇਤਰਾਜ ਤਾਂ ਨਹੀਂ ਕੋਈ? ਦੱਸੋ ਜੀ ਹੋਰ ਬਾਪੂ, ਇਤਰਾਜ ਤਾਂ ਨਹੀਂ ਕੋਈ ਤੁਹਾਨੂੰ ਬਣਾ ਦਈਏ ਸਰਪੰਚ ਨਹੀਂ ਲੈ? ਉਹ ਤਾਂ ਤਾਏ ਹੋਣੀ ਆ, ਉਹ ਤਾਂ ਕਹਿੰਦੇ ਸਰਪੰਚ ਤਾਏ ਨੂੰ ਫੜਾ, ਹਾਰ ਫੜਾਉਣੇ ਹੱਥ ਤਾਂ ਕਹੀਂ ਬਾ ਹਾਰ ਆ ਉਹ ਕਰ ਦਾਂਗੇ। ਉਹ ਕਰਤਾ ਮੈਂ ਤਾਂ ਐਲਾਨ, ਉਹ ਐਲਾਨ ਕਰਤਾ ਮੈਂ ਉਹਦਾ ਨੇ ਉਹਦੀ ਨੇ ਉਹਦੀ ਬਤਾਈ ਉਹ ਗੱਲ ਵੀ ਯਾਦ ਰੱਖੀ ਤੇਰੇ ਵਾਲੀ। ਬਸ ਹੁਣ ਮੈਂ ਤੈਨੂੰ ਸਰਪੰਚ ਲਾ ਲੂੰ ਇੱਕ ਵਾਰੀ, ਮੈਨੂੰ ਫਿਰ ਉਹਦੀ ਬਾਅਦ ਤੂੰ ਹੀ ਪੱਕਾ। ਮੈਂ ਕਹਿੰਦਾ ਬੇਫਿਕਰ ਹੋ ਜਾਤਾ ਹੈ ਇਸ ਗੱਲ ਦੀ ਜ਼ਿੰਮੇਵਾਰੀ ਲੈ ਲੈ। ਐਲਾਨ ਕਰ ਬਹੁਤ ਵਾਰ ਬੰਦਾ ਤੂੰ ਪਾ ਪਹਿਲਾਂ ਹਾਰ ਇਹਦੇ ਲੈ ਹੈ ਲੈ ਤਾ ਸਵੀਮਿੰਗ ਪੂਲ ਨੌਜਵਾਨਾਂ ਵਾਸਤੇ ਪਹਿਲਾਂ ਬਣਾ ਦੇ। ਹੋਰ ਦਾ ਹੋਰ ਕੋਈ ਡਿਮਾਂਡ ਹੈ ਨੌਜਵਾਨ? ਲੈ ਬਾਪੂ ਐਲਾਨ ਕਰਾ ਲੋ ਲੋ ਜੀ ਓ ਦੋ ਪਾਤੇ, ਇੱਕ ਮੈਂ ਵੀ ਪਾ ਦੇਣਾ, ਇੱਕ ਮੈਂ ਵੀ ਪਾ ਦੇਣਾ। ਲੈ ਫੋਟੋ ਕਰਦੀ ਬਾਈ ਇੱਕ।
ਆਜਾ ਜੀ ਫੋਟੋ ਕਰਾ ਲਓ ਪਤਵੰਤ ਸੱਜਣ। ਠੀਕ ਹੈ ਨਾ, ਕਰਦੇ ਹਾਂ ਖੜ ਜਾ, ਕਰਦਾ ਫੂਰ ਖੜ ਜਾ, ਸਵਾਦ ਲੈਣ ਦੇ ਦੋ ਮਿੰਟ। ਹੋ ਮੈਂ ਇੱਕ ਗੱਲ ਹੋਰ ਕਹਿੰਦਾ, ਹੁਣ ਤਾਏ ਨੂੰ ਇਹ ਜਾਂਦੇ ਆ ਕਿਸਾਨ ਜਥੇਬੰਦੀ ਦੇ ਆਗੂ ਬੰਦੇ ਆ, ਜਦੋਂ ਵੀ ਕਦੇ ਧਰਨਾ ਲੱਗੂਗਾ ਪਿੰਡ ਦੀ ਪੰਚਾਇਤ ਨਹੀਂ ਉਹ ਟਰੈਕਟਰ ਬੱਸਾਂ ਆਦ ਕਰ ਰਹੇ ਆ ਨਾ, ਬੱਸਾਂ ਆਦ ਆਦ ਮਤਲਬ ਨਹੀਂ, ਜਦੋਂ ਸੁਖਬੀਰ ਬਾਦਲ ਹੋਣੀ ਵੱਡੇ ਬੋਲਦੇ ਆ ਉਹਦੇ ਵਿੱਚ ਬੋਲਦੇ ਐਲਾਨ ਕਰ ਰਹੇ, ਜਦੋਂ ਵੀ ਕਿਸਾਨ ਧਰਨਾ ਲੱਗੂਗਾ ਅਸੀਂ ਉਸ ਵਕਤ ਬੱਸਾਂ ਟਰੈਕਟਰ ਕਾਰਾਂ ਜੀਪਾਂ ਮੋਟਰਸਾਈਕਲ ਨਹੀਂ ਨਹੀਂ ਫਰਜ਼ ਫਰਜ਼ ਚਾਚਾ ਸਹਾਇਤਾ ਕਰਨੀ ਆਪਾਂ ਸਰਪੰਚ ਬਣ ਰਹੇ ਹਾਂ। ਦੂਜੀ ਗੱਲ ਸਭ ਤੋਂ ਮੇਨ, ਜਿਹੜਾ ਪਿੰਡ ਦੇ ਵਿੱਚ ਕੋਈ ਜਾਤ ਪਾਤ ਨਹੀਂ ਹੋਊ, ਕੋਈ ਊਚ ਨੀਚ ਨਹੀਂ ਹੋਊ, ਸਾਰੇ ਇੱਕ ਬਰਾਬਰ ਹੋਣਗੇ। ਜਿਹੜਾ ਬੰਦਾ ਕੋਈ ਜਾਤ ਪਾਤ ਪਰਖੂ ਲੱਤਾਂ ਵੜ ਦਿਆ ਕਰਾਂਗੇ ਉਹਦੀਆਂ, ਸਰਪੰਚ ਦੀ ਪਹਿਲਾਂ ਐਲਾਨ ਹੈ। ਤੇ ਦੂਜੀ ਗੱਲ ਸੁਣ ਲਓ ਯਾਰ, ਮੈਂ ਐਲਾਨ ਕਰ ਰਿਹਾ ਠੀਕ ਹੈ ਯਾਰ, ਸਰਪੰਚ ਨੂੰ ਯਾਰ ਤੁਸੀਂ ਯਾਰ ਮੂਰੇ ਐਲਾਨ ਕਰ ਰਿਹਾ ਨਾ, ਪਿੱਛੇ ਉਹਨੇ ਪਿਛਲੇ ਬੰਦੇ ਨੂੰ ਆਉਣ ਦੋ ਯਾਰ, ਤੁਸੀਂ ਸਾਰੇ ਬੰਦੇ ਨਹੀਂ ਆ ਰਹੇ। ਮੈਂ ਤੁਹਾਡਾ ਕਿਵੇਂ ਦੇਣ ਦੇਵਾਂ, ਆਫਟਰ ਆਲ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਮੈਂਬਰ ਬਣਾ, ਤੁਸੀਂ ਮੈਨੂੰ ਸਰਪੰਚ ਬਣਾਇਆ ਤੇ ਮੈਂ ਐਲਾਨ ਕਰਦਾ, ਮੈਂ ਐਲਾਨ ਕਰਦਾ ਵੀ ਜਦੋਂ ਪਿੰਡ ਦੇ ਵਿੱਚ ਮੀਂਹ ਦੀ ਵਿਵਸਥਾ ਨਾ ਹੋਈ ਤੇ ਸਾਡੇ ਪਿੰਡ ਦੀ ਪੰਚਾਇਤ ਆਪਣੇ ਬੱਦਲ ਲਿਆ ਕੇ ਮੀਂਹ ਵੀ ਪਵਾਏਗੀ। ਹੋਰ ਸਵਾਦ ਲੈ ਲੈਣ, ਹੋਰ ਨੀ ਨੀ ਹੋਰ ਨੀ ਦੁਨੀਆ ਦੇ, ਹਾਂ ਇਹ ਮੁੱਦਾ ਜ਼ਰੂਰੀ ਹੈ, ਇਹ ਮੁੱਦਾ ਜ਼ਰੂਰੀ ਹੈ, ਇਹ ਮੁੱਦਾ ਜ਼ਰੂਰੀ ਹੈ, ਜਦੋਂ ਮੀਂਹ ਪਊਗਾ ਜਦੋਂ ਮੀਂਹ ਪਊਗਾ ਸਭ ਪਿੰਡ ਵਾਲੇ ਕਹਿੰਦੇ ਜਦੋਂ ਮੀਂਹ ਪਊਗਾ ਕੋਠੇ ਚੋਣਗੇ, ਅਸੀਂ ਤਰਪਾਲਾਂ ਦਾ ਪ੍ਰਬੰਧ ਵੀ ਕਰਾਂਗੇ, ਤਾੜੀਆਂ ਮਾਰ ਦਿਓ, ਤਰਪਾਲਾਂ ਦਾ ਐਲਾਨ ਵੀ ਕਰਤਾ ਚਾਚਾ ਮੈਂ। ਨੌਜਵਾਨ ਵਾਸਤੇ ਇੱਕ ਹੋਰ ਐਲਾਨ ਕਰ ਰਿਹਾ, ਜਿਹੜਾ ਮੈਂ ਇਹ ਐਲਾਨ ਕਰ ਰਿਹਾ, ਇਹ ਐਲਾਨ ਮੈਂ ਇਹ ਕਰ ਰਿਹਾ, ਤੇਰਾ ਨਾਂ ਲੈ ਦੇ। ਸੋ ਮੈਂ ਅਨਪੜ੍ਹ ਬੰਦਾ, ਮੈਂ ਕਦੇ ਸੋਚਿਆ ਨਹੀਂ ਸੀ ਵੀ ਸਰਪੰਚ ਬਣੂ, ਤੁਸੀਂ ਮੈਨੂੰ ਸਰਪੰਚ ਬਣਾਤਾ, ਮੈਂ ਇੱਕ ਐਲਾਨ ਹੋਰ ਕਰ ਰਿਹਾ, ਜਿਹੜੀ ਪਿੰਡ ਦੇ ਵਿੱਚ ਦੀ ਬੱਸ ਲੰਘੂਗੀ ਉਹ ਖੜ ਕੇ ਜਾਊਗੀ, ਪਿੰਡ ਦੇ ਵਿੱਚ ਸਵਾਰੀਆਂ ਨੂੰ ਪੁੱਛੂਗੀ ਵੀ ਤੁਸੀਂ ਜਾਣਾ ਕਿ ਨਹੀਂ ਜਾਣਾ, ਜੇ ਜਾਣਾ ਤੇ ਸਵਾਰੀ ਕਹੂਗੀ ਮੈਂ ਨਹਾ ਧੋ ਕੇ ਉਹਨਾਂ ਚਿਰ ਬੱਸ ਰੁਕੇ ਉਹਨਾਂ ਚਿਰ ਬੱਸ ਅੱਡੇ 'ਚ ਰੁਕੂ ਐਲਾਨ। ਸੋ ਮੈਂ ਤੇ ਮੇਰੇ ਚਾਚਾ ਜੀ ਸਿਓ ਆ ਜਾਓ ਜੀ, ਸਾਰੇ ਜਾਣੇ ਆ ਜਾਓ ਪਿੱਛੇ, ਆ ਸਾਰੇ ਬੰਦੇ ਆ ਸਾਰੇ ਖੜੇ ਆ ਬੰਦੇ ਯਾਰ ਪਿੱਛੇ, ਮੈਂ ਕੋਈ ਨਹੀਂ ਹੁਣ ਤੇਰਾ ਨਾਲ ਲੈਣ ਵਾਲਾ, ਮੈਂ ਇੱਕ ਦਾ ਐਲਾਨ ਹੋਰ ਠੋਕ ਲਿਆ। ਸੋ ਮੈਂ ਹਾਂਜੀ ਆ ਜਾਓ, ਮੈਂ ਇੱਕ ਇਹ ਗੱਲ ਕਹਿੰਦਾ ਵੀ ਸਾਡੇ ਪਿੰਡ ਦੇ ਵਿੱਚ ਸਫਾਈ ਵਾਲੇ ਅਭਿਆਨ ਵੀ ਚਲਾਵਾਂਗੇ, ਸਫਾਈ ਵਾਲਾ ਅਭਿਆਨ ਹੈ, ਚਾਰੇ ਪਾਸੇ ਸਫਾਈ ਹੋਊਗੀ। ਤਾੜੀ ਤਾਂ ਮਾਰ ਦਿਆ ਕਰੋ, ਜਕਾਰਾ ਤਾਂ ਛੱਡ, ਚਲ ਤਾੜੀ ਮਾਰੋ, ਥੈਂਕ ਯੂ।
ਇੱਕ ਐਲਾਨ ਹੋਰ ਕਰ ਰਿਹਾ ਹੈ, ਜਿਹੜਾ ਮੈਂ ਤੇ ਮੇਰੇ ਚਾਚਾ ਸਾਹਿਬ ਨੇ ਖੇਤ ਦੋਨਾਂ ਨੇ ਮੀਟਿੰਗ ਕਰੀ ਸੀ। ਠੀਕ ਹੈ, ਸੋ ਮੈਨੂੰ ਮੇਰਾ ਚਾਚਾ ਸਾਹਿਬ ਨੇ ਕਿਹਾ ਵੀ ਕਰਨੈਲ ਤੂੰ ਸਰਪੰਚ ਬਣਨ ਦੇ ਯੋਗ ਹੈ, ਪਰ ਮੈਂ ਚਾਚਾ ਜੀ ਦਾ ਜਿਹੜਾ ਚੈਲੇਂਜ ਉਹਨੂੰ ਐਕਸੈਪਟ ਕਰਿਆ ਅਤੇ ਮੈਂ ਆਪਣੇ ਆਪ ਨੂੰ ਸਰਪੰਚ ਤੁਹਾਡੇ ਪਿਆਰ ਨਾਲ ਘੋਸ਼ਿਤ ਕਰਦਾ। ਠੀਕ ਹੈ, ਸੋ ਮੈਂ ਆਪਣੇ ਮਨ ਧਨ ਧਨ ਦੇਹੀ ਨਾਲ ਇਸ ਪਿੰਡ ਦਾ ਜਿਹੜਾ ਵਿਕਾਸ ਕਰੂੰਗਾ। ਸੋ ਮੈਂ ਬੇਨਤੀ ਕਰੂੰਗਾ ਤੁਹਾਡੀਆਂ ਤਾੜੀਆਂ ਦੀ ਜਿਹੜੀ ਗੂੰਜ ਗੰਜਾਟ ਦੇ ਵਿੱਚ ਸਰਦਾਰ ਸਰਦਾਰ ਬਹਾਦਰ ਅਮਨਾ ਚੇਅਰਮੈਨ ਉਹਨੂੰ ਮੈਂ ਕਹੂੰਗਾ ਮਾੜਾ ਜਿਹਾ ਸਟੇਜ 'ਤੇ ਆਵੇ, ਉੱਧਰ ਲੋਕਾਂ ਨੂੰ ਸਾਰਿਆਂ ਨੂੰ ਮਿਲ ਵਰਤ ਰਿਹਾ। ਸੋ ਮੇਰੀ ਗੱਲ ਸੁਣ ਲਓ, ਜਿਹੜਾ ਕੰਮ ਕਰਨਾ ਉਹ ਹਾਂ ਸਹੀ ਹੈ, ਸਹੀ ਹੈ, ਬਿਲਕੁਲ ਬਿਲਕੁਲ। ਚਾਚਾ ਜੀ ਸਾਹਿਬ ਨੇ ਮੇਰੇ ਕੰਨ 'ਚ ਜਿਹੜੀ ਆਵਾਜ਼ ਮਾਰੀ ਹੈ, ਫੂਕ ਮਾਰੀ ਹੈ, ਆਓ ਲਾਂਟ ਕਰਦੇ। ਸੋ ਮੈਂ ਜਿਹੜਾ ਬਹੁਤ ਵੱਡਾ ਐਲਾਨ ਕਰਨ ਜਾ ਰਿਹਾ ਕਿ ਮੈਨੂੰ ਤੁਸੀਂ ਸਰਪੰਚ ਚੁਣ ਲਿਆ, ਮੈਂ 5 ਸਾਲ ਆਪਣੇ ਤਨ ਮਨ ਧਨ ਨਾਲ ਸੇਵਾ ਕਰਨੀ। ਵਿਕਾਸ ਤੇ ਲਾਵਾਂਗੇ, ਪਿੰਡ ਦਾ ਵਿਕਾਸ ਕਿਵੇਂ ਹੋਊਗਾ? 5 ਲੱਖ ਤੂੰ, 2 ਲੱਖ ਉਹਨੇ ਕਿਹਾ, 7 ਲੱਖ ਰੁਪਈਆ ਦੇ ਵਿਕਾਸ ਕਰਾਂਗੇ। ਠੀਕ ਹੈ, ਹੁਣ ਚਾਚਾ ਦੇ ਜੇ ਹੁਣ ਤੈਨੂੰ ਸਰਪੰਚ ਘੋਸ਼ਿਤ ਕਰਤਾ, ਇਹ ਨਹੀਂ ਪਤਾ ਲੜਾਈ ਪੈ ਜੇ, ਹਾਰ ਪੈ ਚੁੱਕੇ ਆ, ਪਤਵੰਤੇ ਸੱਜਣਾਂ ਨੇ ਮੈਨੂੰ ਕਬੂਲ ਕਰ ਲਿਆ, ਹਾੜੇ ਹਾੜੇ ਮੈਨੂੰ ਹੀ ਰਹਿਣ ਦੇ, ਮੈਨੂੰ ਹੀ ਰਹਿਣ ਦੇ ਚਾਚਾ, ਹੁਣ ਮੈਨੂੰ ਸਰਪੰਚ ਰਹਿਣ ਦੇ। ਤਾਂ ਪੈਸਾ ਤਾਂ ਤੂੰ ਹੀ ਖਾਣਾ ਹੈ, ਸਰਪੰਚੀ ਦਾ ਤੂੰ ਕਰੇਗਾ, ਮੈਂ ਤਾਂ ਨਾਂ ਦਾ ਸਰਪੰਚ ਆ ਯਾਰ। ਦੇਖ ਲਓ ਹੈਂ, ਸਰਪੰਚ ਬਣ ਗਿਆ, ਕੱਲ ਨੂੰ MLA ਫਿਰ ਮੁੱਖ ਮੰਤਰੀ ਬਣ ਗਿਆ, ਤੇਰੇ ਤੇ ਕਦਰ ਕੇਸ ਪਾ ਕੇ ਅੰਦਰ ਕਰਾ ਦੂ। ਮੈਂ ਸਰਪੰਚ ਹੈ, ਸਰਪੰਚ ਨਾਲ ਤਮੀਜ਼ ਨਾਲ ਗੱਲ ਕਰ, ਤੂੰ ਸਿਰ ਤੇ ਚੜਦਾ ਹੋਣਾ, ਤੂੰ ਸਿਰ ਤੇ ਚੜਦਾ ਹੋਣਾ, ਇਹ ਸਰਪੰਚ ਹੈ ਮੈਂ, ਮੋਹਤਵਾਰ ਬੰਦਾ ਤੂੰ, ਤਾਂ ਫਿਰ ਮੈਨੂੰ ਅਖੇ ਉਹ ਗੱਲ ਕਰ ਰਿਹਾ, ਡੰਡੀ ਲੱਗ ਗਿਆ ਤੂੰ। ਠੀਕ ਹੈ ਨਾ, ਸਰਪੰਚ ਨਾ ਤੂੰ, ਮੈਂ ਪੁਲਿਸ ਨੂੰ ਕੇਸ ਪਵਾ ਦੂੰ ਹੁਣੇ, ਸਰਪੰਚ ਨਾਲ ਤੂੰ ਕਿਵੇਂ ਗੱਲ ਕਰ ਰਿਹਾ? ਨਹੀਂ ਤੂੰ, ਤੈਨੂੰ ਪਤਾ ਨਹੀਂ, ਤੂੰ ਸਰਪੰਚ ਨਾਲ ਬੋਲ ਕਿਵੇਂ ਰਿਹਾ? ਤੈਨੂੰ ਪਤਾ ਨਹੀਂ ਸਰਪੰਚ ਦੀ ਜਾਨ ਗੱਲੇ ਹੈਗਾ, ਚੁੱਪ ਤੂੰ, ਲੈ ਲਾਂਗੇ ਯਾਰ, ਲੈ ਲਾਂਗੇ ਬੇਫਿਕਰ। ਠੀਕ ਹੈ ਨਾ, ਠੀਕ ਹੈ, ਮੈਂ ਪਿੰਡ ਦੀ ਸੇਵਾ ਕਰੂੰਗਾ ਬਜ਼ੁਰਗੋ, ਅੱਜ ਤੋਂ ਬਾਅਦ ਤੁਸੀਂ ਮੈਨੂੰ ਸਰਪੰਚ ਲਾਉਣ ਤਾਂ ਤੁਹਾਡਾ ਤਾਹੇ ਦਿਲੋਂ ਧੰਨਵਾਦ। ਜਿੰਨੇ ਐਲਾਨ ਕਰਿਆ ਸਾਰੇ, ਜਿਵੇਂ ਲੀਡਰਾਂ ਨੇ ਐਲਾਨ ਕਰਿਆ ਉਵੇਂ ਮੈਂ ਐਲਾਨ ਕਰਿਆ। ਚੱਲ ਲਓ ਜੀ, ਪਿੰਡ ਕੋਟ ਦੁਨੇ ਦਾ ਸਰਪੰਚ ਐਲਾਨ ਤਾਂ ਮੈਨੂੰ ਪਿੰਡ ਕੋਟ ਦੁਨੇ ਦੇ ਸਾਰੇ ਬਹੁਤ ਵਾਰ ਸੱਜਣਾ ਨੇ, ਮੈਂ ਤਨ ਦੇਹੀ ਮਨ ਦੇਹੀ ਤੇ ਕਣ ਦੇਹੀ ਨਾਲ ਆਪਦਾ ਜਿਹੜਾ ਇਹ ਆਪਣਾ ਸਰਪੰਚ ਮੈਂ 5 ਸਾਲ ਆਪਣੀ ਸਰਪੰਚੀ ਆ ਜਿਹੜੀ ਕਰ ਕਮਲਾਂ ਨੂੰ ਅੱਗੇ ਲੈ ਕੇ ਜਾਊਂਗਾ,
ਪੰਜ ਸਾਲ ਪਹਿਲਾਂ ਸਰਪੰਚ ਤੁਹਾਡੇ ਨਾਲ ਗੋਲਗੱਪੇ ਤੇ ਖਵਾ ਦੋ ਸਰਪੰਚ ਸਾਹਿਬ ਗੋਲਗੱਪੇ ਠੀਕ ਹੈ ਹਲੇ ਮੈਂ ਪੈਸੇ ਖਾਦੇ ਨਹੀਂ ਮੈਂ ਪੈਸੇ ਖਾਊਂਗਾ ਟੱਟੀਆਂ ਟੁੱਟੀਆਂ ਚੋਂ ਖਾਊਂਗਾ ਫਿਰ ਜਾ ਕੇ ਗੱਲ ਬਣੂਗੀ ਹਲੇ ਤਾਂ ਮੈਂ ਸਾਰਾ ਲਾਈ ਬੈਠਾ ਠੀਕ ਹੈ ਦਸ ਰੁਪਏ ਜੀ ਸਾਰਾ ਕੁਛ ਤੁਸੀਂ ਆਓ ਪਰਸੋਂ ਚੌਥੇ ਤੱਕ ਆਪਾਂ ਕੋਈ ਗਤੀਵਿਧੀ ਰੱਖਦੇ ਹਾਂ ਕਲਾਕਾਰ ਨੂੰ ਲਵਾ ਕੇ ਤੁਹਾਡਾ ਮਨੋਰੰਜਨ ਕਰਾਊ ਕੰਜਰੀਆਂ ਨੂੰ ਚਾਹੂੰ ਓਏ ਖੱਜਾ ਭੈਣ ਦੇ ਯਾਰ ਫੋਨ ਕਰੀ ਜਾਂਦੇ ਨੇ ਇੱਧਰ ਮੇਰਾ ਖੂਨ ਖੌਲ ਰਿਹਾ ਗੱਲ ਸੁਣੋ ਮੇਰੀ ਇੱਕ ਹਾਂਜੀ ਆਪਾਂ ਜਿਹੜੇ ਪਿੰਡ ਦੇ ਕੰਮ ਦੀਆਂ ਗਤੀਵਿਧੀਆਂ ਸ਼ਹਿਰੀਆਂ ਤੇਜ਼ ਰੱਖਣੀਆਂ ਪੂਰੀਆਂ ਆਹ ਜਿਹੜੀ ਇਹ ਹਲ ਪਾ ਕੇ ਨਾ ਇਹ ਟੈਲਾਂ ਪੱਟ ਕੇ ਮਾਰੋ ਬਾਹਰ ਠੀਕ ਹੈ ਡਿੱਗ ਕੇ ਗੰਦ ਵੀ ਬੜਾ ਪਿਆ ਪਿਆ ਗੰਦ ਬੜਾ ਪਿਆ ਆਫਟਰ ਆਲ ਕੱਚੀਆਂ ਨਾਲੀਆਂ ਰੱਖਾਂਗੇ ਆਪਾਂ ਠੀਕ ਹੈ ਪੁਰਾਣਾ ਸੱਭਿਆਚਾਰ ਕੀ ਹੈ ਹਾਂ ਸਰਪੰਚ ਸਾਹਿਬ ਹੈ ਪਹਿਲਾਂ ਇਹਦਾ ਸਾਡਾ ਮਾਣੀ ਕਾਤਾ ਸੀ ਮੇਰੀ ਗੱਲ ਸੁਣ ਜਦੋਂ ਕੋਈ ਵੀ ਲੀਡਰ ਸ਼ੁਰੂ ਕਰਦਾ ਕੰਮ ਜਿਹੜੇ ਬੰਦੇ ਉਹਦੇ ਨੇੜੇ ਹੁੰਦੇ ਆ ਉਹ ਜਿੱਤ ਕੇ ਉਹਨੂੰ ਦੂਰ ਕਰ ਦਿੰਦਾ ਜਿਹੜੇ ਦੂਰ ਹੁੰਦੇ ਉਹਨਾਂ ਨੂੰ ਨੇੜੇ ਕਰ ਦਿੰਦਾ ਤੁਸੀਂ ਮੇਰਾ ਕਰਿਆ ਸੀ ਦੋਨਾਂ ਨੇ ਵਿਰੋਧ ਤਾਂ ਕਰਕੇ ਕਰਦੇ ਤੇਰਾ ਵਿਰੋਧ ਤੁਹਾਨੂੰ ਮੈਂ ਨੇੜੇ ਲੈ ਲਿਆ ਠੀਕ ਹੈ ਨੇੜੇ ਲੈ ਲਿਆ ਅੱਛਾ ਜਿਹੜੀ ਵੀ ਆਪਾਂ ਗਤੀਵਿਧੀ ਆ ਮੈਨੂੰ ਪੁੱਛੇ ਬਿਨਾਂ ਮੋਹਰਾ ਮਾਰਾ ਆ ਜਾਣੀ ਆਪਣੇ ਕੱਲ੍ਹ ਨੂੰ ਠੋਕੀ ਤੁਰੇ ਆਵਾਂਗੇ ਆਪਾਂ ਸਾਰਾ ਕੁਛ ਮਤਲਬ ਕਰਾਂਗੇ ਠੀਕ ਹੈ ਬੇਟਾ ਤਾਂ ਤੋਂ ਆਸ਼ੀਰਵਾਦ ਲੈ ਗਏ ਤਾਂ ਮੱਥਾ ਟੇਕਦਾ ਮੈਂ ਸਰਪੰਚ ਬਣ ਗਿਆ ਤੇਰੀ ਦੁਆ ਨਾਲ ਹਾਂ ਸਰਪੰਚ ਬਣ ਗਿਆ ਹਾਂ ਕੋਈ ਵੀ ਕੰਮ ਹੋਵੇ ਦੱਸੀ ਪਹਿਲ ਦੇ ਆਧਾਰ ਤੇ ਕਰਾਂਗੇ ਹਾਂ ਠੀਕ ਹੈ ਨਾ ਹਾਂ ਇਹ ਤਾਂ ਗੱਲ ਹੈਗੀ ਹੈ ਤੇਰੇ ਦੋ ਡੈਂਪਰ ਹਰ ਇੱਕ ਮੱਝ ਨੂੰ ਲਾ ਦਿਓ ਯਾਰ ਹੈਲ ਨੀ ਕਿਹੜੇ ਕਿੱਥੇ ਫਿਰਦੇ ਮੱਝ ਦੇ ਡੈਂਪਰ ਲਾਓ ਠੀਕ ਹੈ ਨਾ ਆਫਟਰ ਆਲ ਨਵਾਂ ਕੰਮ ਕਰਨਾ ਆ ਗਿਆ ਚਾਚਾ ਸਿੰਘ ਦੇ ਘਰ ਹੈਲੋ ਠੰਡਾ ਰਹੋ ਚਾਚਾ ਸਿੰਘ ਗਰਮ ਹੈ ਮਾੜੀ ਮੋਟੀ ਮਿਹਨਤ ਮਤਾਜ ਕਰਾਂਗੇ ਜੇ ਮੰਨ ਗਿਆ ਠੀਕ ਹੈ ਨੀ ਬਹਿਣ ਕੇ ਲਗੜੇ ਨੂੰ ਕੁੱਟ ਕੇ ਆਵਾਂਗੇ ਸਰਪੰਚ ਸਾਡੀ ਪਿੰਡ 'ਚ ਦੋ ਤਿੰਨ ਨਾ ਹੋਰ ਨਹੀਂ ਬੰਦੇ ਉਹ ਵੀ ਕੁੱਟੇ ਹੀ ਛਡਾ ਲੈਣਗੇ ਸਾਨੂੰ ਹਲੇ ਆਪਣੀ SHO ਨਾਲ ਗੱਲ ਨਹੀਂ ਹੋਈ SHO ਕੋਲੇ ਜਾ ਕੇ ਆਪਾਂ ਗੱਲਬਾਤ ਕਰਕੇ ਆਪਾਂ ਆਪ ਹੀ ਫੜਾਇਆ ਕਰਾਂਗੇ ਬੰਦੇ ਆਪ ਹੀ ਛਡਾਇਆ ਕਰਾਂਗੇ ਉਹ 'ਚ ਕਮਿਸ਼ਨ ਹੋ ਸਾਨੂੰ ਮਿਲੂ ਸਾਰਾ ਕੁਛ ਕਮਿਸ਼ਨ ਜਰਗੀ ਜੇ ਮੇਰੀ ਗੱਲ ਗੁੜ ਦੀ ਢੇਲੀ ਫੁੱਟੂਗੀ ਸਾਰੇ ਨਹੀਂ ਮਿਲੂ ਤੁਸੀਂ ਮੇਰੇ ਖਾਜਾ ਕਰੀ ਮੇਨ ਚਮਚੇ ਬਣ ਕੇ ਰਹੋ ਠੀਕ ਹੈ ਨਾ ਪਿੰਡ ਦੀ ਹਰ ਇੱਕ ਗਤੀਵਿਧੀ ਕਿਸੇ ਦੀ ਨੂੰਹ ਨਿਕਲ ਗਈ ਕਿਸੇ ਦੀ ਕੁੜੀ ਨਿਕਲ ਗਈ ਮਸਲੇ ਆਪਾਂ ਹੱਲ ਕਰਾਂਗੇ ਆਸ ਪਾਸ ਤੇ ਤਾਂ ਮੈਂ ਆਪ ਅਸੀਂ ਕੌੜੀਆਂ ਕੁੜੀਆਂ ਚਮਚੇ ਨਹੀਂ ਪੈਣੇ ਓ ਤੂੰ ਹੋਰ ਇੱਥੇ ਮੇਰੇ ਸੜੇ ਚੁੱਲੜੀਆ ਸਰਦਾਰ ਲਗੇ ਚਾਚਾ ਸੇ ਚੁੱਪ ਬੈਠੋ ਚਾਚਾ ਸੇ ਦਾ ਸੁਭਾਅ ਕੁਛ ਨਹੀਂ ਚਾਚਾ ਸੇ ਦਾ ਸੁਭਾਅ ਫੁੱਦੂ ਹੈ ਅੱਛਾ ਹੈ ਖੜਾਈ ਖੜਾ ਹਾਂ ਕਿਵੇਂ ਸਤਿ ਸ੍ਰੀ ਅਕਾਲ ਵਧਾਈਆਂ ਗੱਡੀ ਨੇ ਮੈਨੂੰ ਵਧਾਈਆਂ ਦਿੱਤੀਆਂ ਸਰਪੰਚੀ ਦੀਆਂ ਇਹ ਤਾਂ ਇਹਦੀਆਂ ਵਿਕਣਗੀਆਂ ਸਾਰੀਆਂ ਆਪਾਂ ਖਰੀਦ ਲੈਣੀਆਂ ਠੀਕ ਹੈ ਆਪਾਂ ਲੈਣਾ ਇਹਦੇ 5 ਲੱਖ ਰੁਪਈਆ ਇਹਨੇ ਐਲਾਨ ਠੋਕਿਆ ਸੀ ਆਪਾਂ ਵੀ ਐਲਾਨ ਕਰਿਆ ਆਪਾਂ ਸਾਰੇ ਐਲਾਨ ਹੌਲੀ ਹੌਲੀ ਪੂਰੇ ਹੁੰਦੇ ਹੋਣਗੇ ਨੀ ਭੈਣ ਬੜਾ ਵੀ ਗਰੰਟਾ ਖੜ ਕੇ ਗੱਡੀ ਆਪਣੀ ਸੁਣੀ ਵੇਖ ਕਿਵੇਂ ਕਰੀ ਬੇਟਾ ਇੱਥੇ ਤਾਂ ਇੱਥੇ ਸਾਡੇ ਨਾ ਕਿਸੇ ਨੇ ਬੱਕਰੀ ਲਿਆਂਦੀ 20 ਰੁਪਈਆਂ ਦੀ ਸੀਗਾ ਸਾਧ ਉਹ 20 ਦੀ ਬੱਕਰੀ ਲਿਆਂਦੀ ਮਹੀਨਾ ਪਾਲੀ ਮਹੀਨੇ ਬਾਅਦ 19 ਦੀ ਵੇਚੀ ਮੂੰਹ ਐਂ ਕਰਕੇ ਬੈਠਾ ਮੈਂ ਉਹਨੂੰ ਪਤਾ ਕੀ ਕਿਹਾ ਮੈਂ ਕਿਹਾ ਦੇਖ ਸਾਧ ਦੀ ਸੁਣੀ ਲਾਏ 20 ਤੇ ਬੱਟੇ 19 ਉਹ ਗੱਲ ਇਹਦੇ ਨਾਲ ਹੋ ਗਈ ਚਾਚਾ ਜੀ ਕਿਵੇਂ ਬੈਠਾ ਬੈਠਾ ਵੇਖ ਕਿਵੇਂ ਸੁਡਲ ਤਿੰਗੜ ਤੇਰੇ ਤੜਕ ਤੇ ਪਾਸੇ ਹੋ ਜਾ ਵੀ ਚਾਚਾ ਸੇਵਾ ਮੇਰਾ ਚਾਚਾ ਸਤਿ ਸ੍ਰੀ ਅਕਾਲ ਆਸ਼ੀਰਵਾਦ ਦੇ ਦੇ ਚਾਚਾ
ਨਹੀਂ ਜਿਹੜਾ ਨਾ ਦੇ ਠੀਕ ਨਾ ਅਸੀਂ ਕਿਹੜਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੁਰਸੀ ਜਿਹੜੇ ਚਾਚਾ ਕਿਵੇਂ ਨਹੀਂ ਗੱਲ ਕੀ ਆ ਚਾਚਾ ਗੱਲ ਸੁਣ ਕਿਤੂ ਕਮਾਲ ਦੀ ਗੱਲ ਆ ਚਾਚਾ ਚਾਚਾ ਰੋਸ਼ਨ ਚਾਚਾ ਆਏ ਨਾ ਕਰ ਹਲੋ ਚਾਚਾ ਦੇਖ ਚਾਚਾ ਮੂੰਹ ਮਿੱਠਾ ਕਰ ਹਾੜੇ ਹਾੜੇ ਅਕਸਰ ਨੂੰ ਪੌਦਾ ਤਾਂ ਤੂੰ ਹੀ ਲਾਇਆ ਪੌਦਾ ਤਾਂ ਇਹ ਤੂੰ ਹੀ ਲਾਇਆ ਆਹੋ ਤੂੰ ਮੈਂ ਹੀ ਪੌਦਾ ਲਾਇਆ ਮੇਰੇ ਸਿਰ ਤੇ ਬੈਠ ਗਿਆ ਕਿਵੇਂ ਸਿਰ ਤੇ ਬਹਿ ਗਿਆ ਜਿਹੜੀ ਆਪਾਂ ਪਲੈਨਿੰਗ ਕਰੀ ਸੀ ਉਹਦੇ ਤੂੰ ਕਿਉਂ ਮੁੱਕਰਿਆ ਯਾਰ ਅਸਲ 'ਚ ਚਾਚਾ ਕੀ ਹੋਇਆ ਮੈਂ ਤੈਨੂੰ ਇਹ ਇੱਕ ਮੋਟਿਵ ਹੈ ਇਸ ਗੱਲ ਦਾ ਮੋਟਿਵ ਹੈ ਦੇਖ ਨਹੀਂ ਨਹੀਂ ਗੱਲ ਸੁਣ ਪਹਿਲੀ ਗੱਲ ਆਪਾਂ ਸਕੀਮ ਜਿਹੜੀ ਕਰੀ ਸੀ ਖੇਤ ਵੀ ਐਂ ਕਰਕੇ ਐਂ ਕਰ ਦੇਗੇ ਐਂ ਕਰ ਦੇਗੇ ਜਦੋਂ ਗਲਤ ਸੁਣ ਲੈਦਾ ਤਾਂ ਜਦੋਂ ਮੈਨੂੰ ਮਾੜਾ ਜਿਹਾ ਸਰਪੰਚੀ ਵਾਲਾ ਅਨੁਭਵ ਹੋਇਆ ਸਰਪੰਚੀ ਦੇ ਕੀੜੇ ਮੇਰੇ ਪੈਰਾਂ ਥਾਣੀ ਹੁੱਦੇ 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 ਦਿਮਾਗ 'ਚ ਬੜੇ ਚਾਚਾ ਮੈਂ ਫੀਲਿੰਗ ਲੈ ਗਿਆ ਚਾਚਾ ਮੈਨੂੰ ਭਲਾ ਕਰ ਲੈਣ ਦੇ ਲੋਕਾਂ ਦਾ ਚਾਚਾ ਮੈਂ ਪਿੰਡ ਨੂੰ ਸਵਰਗ ਬਣਾ ਦੂੰਗਾ ਸਾਰੇ ਪਿੰਡ ਨੂੰ ਸਾਹਮਣੇ ਲੁੱਟ ਕੇ ਖਾ ਜਾਂਗੇ ਸਾਰਾ ਤਾਂ ਰਲ ਕੇ ਖਾਵਾਂਗੇ ਸਰਪੰਚੀ ਤਾਂ ਤੂੰ ਹੀ ਕਰਨੀ ਹੈ ਨਾਲੇ ਚਾਚਾ ਕਲ ਜੋਗ ਹੈ ਤੂੰ ਭੋਲਾ ਜੱਟ ਓਏ ਭੋਲਾ ਕਿਸਾਨ ਓਏ ਭੋਲਾ ਕਿਸਾਨ ਚਾਚਾ 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 ਗੱਲ ਸੁਣ ਮੇਰੀ ਅਸਲ ਮੈਂ ਮੇਰੇ ਸਾਰਕੜੀ ਪਾਵਰ ਚੀਜ਼ ਹੀ ਇਹੋ ਜਿਹੀ ਹੈ ਪਾਵਰ ਤਾਂ ਕੋਲ ਦੀ ਲੰਘ ਜੇ ਬੰਦਾ ਤਾਂ ਪੈਰ ਛੱਡ ਜਾਂਦਾ ਮੈਂ ਤਾਂ ਫਿਰ ਵੀ ਸਰਪੰਚ ਲਾਣਿਆ ਗਿਆ ਨਹੀਂ 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 ਗੱਲ ਹੈ ਇੱਕ ਗੱਲ ਹੈ ਇੱਕ ਮੇਰਾ ਸਾਲਾ ਇਹ ਤਾਂ ਦੇਖ ਲੈ ਇਹ ਤਾਂ ਦੇਖ ਲੈਂਦਾ ਵੀ ਤੈਨੂੰ ਪਾਵਰ 'ਚ ਲੈ ਕੇ ਕੀ ਨਹੀਂ ਆਉਂਦਾ ਮਾੜੀ ਮੋਟੀ ਮੇਰੀ ਇੱਜ਼ਤ ਤਾਂ ਰੱਖ ਲੈਂਦਾ ਤੂੰ ਕੀ ਕਰਿਆ ਉਹ ਤਾਂ ਮੈਂ ਸਪਰੇ ਪੀ ਕੇ ਮਰੂੰ ਯਾਰ ਸਰਪੇ ਕਿਉਂ ਪੀ ਗਿਆ ਤਾਂ ਕਿਉਂ ਸਰਪੇ ਪੀ ਗਿਆ ਮੂੰਹ ਮਿੱਠਾ ਕਰ ਮੇਰਾ ਗੱਲ ਤਾਂ ਛੱਡ ਲੈ ਚਾਚਾ ਗੱਲ ਛੱਡ ਲੈ ਹਾਂ ਨਹੀਂ ਅੱਛਾ ਮੈਂ ਹੁਣ ਦੇਖ ਮੈਂ ਜਿਹੜਾ ਪਿੰਡ ਦਾ ਸਰਪੰਚ ਹੋਣਾ ਲੋਕਾਂ ਸਾਹਮਣੇ ਸੱਚਾ ਬਣੂ ਤਾਂ ਫੁੱਦੂ ਸਰਪੰਚ ਹੀ ਰਹੂੰ ਗੱਲ ਛੱਡ ਤੂੰ ਉੱਥੇ ਐਲਾਨ ਠੋਕਿਆ 5 ਲੱਖ ਰੁਪਈਏ ਦਾ ਮੈਨੂੰ ਪਿੰਡ ਦੀ ਪੰਚਾਇਤ ਹੋਣ ਦੇ ਨਾਤੇ ਸਰਪੰਚ ਹੋਣ ਦੇ ਨਾਤੇ ਇੱਕ ਤਾਂ 5 ਲੱਖ ਰੁਪਈਆ ਫੜਾ ਚਾਚਾ ਕਿਉਂਕਿ ਮੈਂ ਕੰਮ ਸ਼ੁਰੂ ਕਰਾਂ ਗੱਡੀ ਲਿਆਵਾਂਗੇ 3.5 ਲੱਖ ਦੀ ਸਵਿਫਟ ਮਿਲ ਜੂ ਇਹਦੇ ਲਈ ਕਿ ਆਪਾਂ ਬੁੱਲ ਲਿਆਵਾਂਗੇ 5 ਲੱਖ ਰੁਪਈਆ ਨਾਲ ਇੱਕ ਤਾਂ ਚਾਚਾ 5 ਲੱਖ ਰੁਪਈਆ ਦੇ ਪਿੰਡ ਦੀਆਂ ਜਿਹੜੀਆਂ ਗਤੀਵਿਧੀਆਂ ਕੱਲ੍ਹ ਤੋਂ ਹੀ ਸ਼ੁਰੂ ਕਰਨੀਆਂ ਠੀਕ ਹੈ ਨਾ ਦੂਜੀ ਗੱਲ ਮੇਰੀ ਗੱਲ ਸੁਣ ਚਾਚਾ ਮੇਰੇ ਨਾਲ ਸਾਰਕੜਾ ਕੋਈ ਨਹੀਂ ਸੀ ਤੁਰਦਾ ਪਿੰਡ ਆ 3 ਮਲੰਗ ਫਿਰਦੇ ਆ ਚਮਚੇ ਚੜ੍ਹਾਈ ਹੋ ਗਈ ਦੇਖ ਪਾਵਰ ਮੇਰੇ ਕੋਲ ਇਸਤੇਮਾਲ ਤੂੰ ਕਰਨੀ ਹੈ ਮੈਂ ਸਰਪੰਚ ਹੋਣ ਦੇ ਨਾਤੇ ਚਾਚਾ ਅੱਜ ਤੈਨੂੰ ਸੋਟਾਂ ਦੇ ਰਿਹਾ ਓਏ ਸਰਪੰਚ ਹੋਣ ਦੇ ਨਾਤੇ 3 ਬੰਦੇ ਤੂੰ ਰੋਜ਼ ਕੁੱਟ ਸਕਦੇ 3 ਬੰਦੇ ਤੈਨੂੰ ਮੈਂ ਆਪ ਚੌਥੇ ਨੂੰ ਹੱਥ ਨਾ ਲਈ 3 ਬੰਦੇ ਰੋਜ਼ ਕੁੱਟ ਲਈ ਮੈਂ ਆਪੇ ਸੁਧਾਰ ਲਈ ਆਪੇ ਨਜਿੱਠ ਲੂੰ ਹੋਰ ਸੁਣ ਜਿਹੜੇ ਪੈਸੇ ਖਾਵਾਂਗੇ 10% ਤਾਈ ਹੋਰ ਦੱਸ ਹੋਰ ਚਾਚਾ ਮੈਂ ਇਦੂ ਵੱਧ ਕੀ ਕਰ ਸਕਦਾ ਮੈਂ ਤੈਨੂੰ ਇੱਕ ਗੱਲ ਦੱਸਾਂ ਤੂੰ ਇੱਥੇ ਤੇਰੇ ਪੈਣਗੇ ਟੰਬੇ ਨਾ ਤੁਹਾਡੇ ਤੂੰ ਸੁਣ ਲਓ ਤੁਹਾਡੇ ਸਰਪੰਚ ਆ ਮੈਂ ਚਾਚਾ ਨਹੀਂ ਸਰਪੰਚ ਨਾਲ ਗੱਲ ਕਰ ਰਿਹਾ ਤੂੰ ਹੁਣ ਕਰਨੈਲ ਨਾਲ ਨਹੀਂ ਕਰਨੈਲ ਸਰਪੰਚ ਨਾਲ ਗੱਲ ਕਰ ਰਿਹਾ ਚਾਚਾ ਜੇ ਉੱਤੀ ਵੀ ਗੱਲ ਕਰਨੀ ਹਾਂ ਕੁੱਟਣਗੇ ਚਾਚਾ ਦੇਖ ਨਹੀਂ ਛੱਡੇ ਰਹੋ ਕੁੱਟੋ ਨਾ ਕੋਈ ਨਹੀਂ ਕੁੱਟ ਇਹ ਨਹੀਂ ਪਤਾ ਤੇਰਾ ਬੜਾਂਗਾ ਫੇਰ ਦੀਏ ਚਾਚਾ ਇਹ ਨਹੀਂ ਪਤਾ ਮੈਂ ਬਹੁਤ ਕੱਟੜ ਸਰਪੰਚ ਬਣ ਗਿਆ ਪਿੰਡ ਦਾ ਨਕਸ਼ੇ ਬਦਲ ਦੂੰ ਮੈਂ ਅੱਜ ਤੱਕ ਇਹੋ ਜਿਹਾ ਕੱਟੜ ਸਰਪੰਚ ਨਹੀਂ ਬਣਿਆ ਹੋਣਾ ਮੈਂ ਐਸੇ ਕਾਨੂੰਨ ਲਾਗੂ ਕਰ ਦੂੰ ਪਿੰਡ 'ਚ ਜਿਹੜੇ ਤੁਸੀਂ ਕਦੇ ਸੋਚੇ ਨਹੀਂ ਹੋਣੇ ਮੈਂ ਗਿਣ ਗਿਣ ਕੇ ਮਿਣ ਮਿਣ ਕੇ ਚੈਣ ਚਿਣ ਕੇ ਬਦਲੇ ਲਊਂ ਜਟਵੈੜਾ ਤੈਨੂੰ ਨਹੀਂ ਪਤਾ ਮੇਰੀਆਂ ਗਤੀਵਿਧੀਆਂ ਕੀ ਹੈ ਮੇਰਾ ਖੂਨ ਵਾਲੇ ਮਾਰਿਆ ਆਫਟਰ ਆਲ ਮੈਨੂੰ 5 ਲੱਖ ਰੁਪਈਆ ਦੇ ਅਤੇ ਮੂੰਹ ਮਿੱਠਾ ਕਰਨਾ ਕਰ ਨਹੀਂ ਕਿਸੇ ਨੂੰ ਹੋਰ ਖਵਾਊਂ ਪੇਮੈਂਟ ਫੜਾ ਚਾਚਾ ਮੈਂ ਤਾਂ ਕੰਮ ਸ਼ੁਰੂ ਕਰਾਂ ਉਂਗਲ ਨਾ ਕਰੀ ਨਾ 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 ਸਰਪੰਚ ਮੂਹਰੇ ਆਏ ਨਾ ਕਰ ਬੈਠੀ ਤੋੜ ਦੂੰ
ਨਾ ਬਹੁਤ ਕੱਟੜ ਸਰਪੰਚ ਬਣ ਗਿਆ ਪਿੰਡ ਦਾ, ਪਛਤਾਉਣਗੇ ਪਛਤਾਉਣਗੇ ਸਰਪੰਚ ਲਾਗੂ ਕਰਕੇ, ਪਤਾ ਨੀ ਕੀ ਕੁਛ ਕਰ। ਹੁਣ ਗੱਲ ਸੁਣ ਲੈ, ਗੱਲ ਮੈਂ ਸਰਪੰਚ ਗੱਲ ਸੁਣ, ਸਰਪੰਚ ਦੀਆਂ ਤੂੰ ਸੁਣ, ਤੇਰੀ ਪਕਾਈ ਮੇਰੀ ਗੱਲ ਸੁਣ, ਤੇਰੀ ਗੱਲਬਾਤ ਹੋ ਗਈ, ਹੈ ਗੱਲ ਪਕਾਈ ਹੋ ਗਈ, ਸ਼ੇਰ ਵਾਲੀ ਗੱਲ ਸੁਣੀ ਹੈ। ਕਹਿੰਦੇ ਨੇ ਇਹ ਬਿੱਲੀ ਸ਼ੇਰ ਨੂੰ ਕਹਿੰਦੀ, ਕਹਿੰਦੀ ਵੀ ਦਾ ਦੱਸ, ਸ਼ੇਰ ਕਹਿ ਰਿਹਾ ਆਪਣਾ ਮਾਸੀ ਕਹਿ ਰਿਹਾ ਸੀ ਬਿੱਲੀ ਨੂੰ, ਮਾਸੀ ਮਾਸੀ ਦਾਸ ਕਾ, ਉਹਨੇ ਸਾਰੇ ਦਾਸ ਕਾਤੇ ਸ਼ੇਰ ਨੂੰ। ਸ਼ੇਰ ਨੇ ਦਾਸ ਇੱਕ ਕੇ ਬਹਿਣ ਕੇ ਲੱਕੜੇ ਨੇ ਕਿਹਾ ਹੁਣ ਮੈਂ ਖਾ ਜਾ। ਜਦੋਂ ਖਾਣ ਲੱਗੀ ਬਿੱਲੀ ਚੜ ਗਈ ਦਰਖਤ ਤੇ, ਕਹਿੰਦਾ ਆਹ ਮਾਸੀ ਦਰਖਤ ਤੇ ਚੜ੍ਹਨ ਵਾਲਾ ਦਾ ਨੀ ਦੱਸਿਆ, ਕਹਿੰਦਾ ਮੈਂ ਤਾਂ ਨੀ ਦੱਸਿਆ ਖਾ ਜੂ, ਉਹੀ ਤੇਰੇ ਨਾਲ ਹੋਇਆ ਸ਼ੇਰ ਤੇ ਬਿੱਲੀ। ਹੈਲੋ ਜਾਨਾ ਕਿੱਧਰ ਹੈ, ਪੇਮੈਂਟ ਫੜਾ, ਪੇਮੈਂਟ ਫੜਾ ਚਾਚਾ, ਦੇਖ ਯਾਰ ਹੈਲੋ ਗੱਲਾਂ ਬਾਤਾਂ ਹੋ ਗਈਆਂ ਤੇਰੀਆਂ, ਹੈ ਸਾਰਕੜੇ ਦੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਇੱਥੋਂ ਪਤਾ ਕੀ ਸਿੱਖਿਆ ਮਿਲਦੀ ਹੈ, ਕਾਲ ਜੋਗਾ ਵਿਸ਼ਵਾਸ ਨਾ ਕਰੋ ਕਿਸੇ ਤੋਂ, ਜਿਹਦਾ ਫਾਇਦਾ ਕਰੋਗੇ ਉਹੀ ਨੁਕਸਾਨ ਕਰੂਗਾ। ਮਾਰ ਬਹਿਣ ਕੇ ਲਖੜੇ ਦੇ ਮਾਰ, ਮੈਨੂੰ ਪਤਾ ਸਿੱਤਰ ਖਾਏ ਬਿਨਾਂ ਲੋਟ ਨਹੀਂ ਆਉਂਦਾ, ਮਾਰ।